ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਵਿੱਚ ਫਤਿਹ ਟੀਵੀ ਦੇਖ ਰਹੇ ਸਮੂਹ ਦਰਸ਼ਕਾਂ ਦਾ ਇੱਕ ਵਾਰੀ ਫਿਰ ਨਿੱਘਾ ਸਵਾਗਤ ਹੈ। ਸੋ ਪਿਆਰੇ ਦਰਸ਼ਕੋ, ਅੱਜ ਅਸੀਂ ਮੁੜ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਏ ਹਾਂ ਆਪਣਾ ਪ੍ਰੋਗਰਾਮ ਲੈ ਕੇ ਪੰਥਕ ਸਰਗਰਮੀਆਂ। ਪੰਥਕ ਸਰਗਰਮੀਆਂ ਦੇ ਇਸ ਪ੍ਰੋਗਰਾਮ ਦਾ ਅਸੀਂ ਆਗਾਜ਼ ਕਰਾਂਗੇ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਬਟਾਲਾ ਤੋਂ, ਜਿੱਥੇ ਕਿ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਨਿੱਘੇ ਸਹਿਯੋਗ ਦੇ ਨਾਲ ਸ਼੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤ ਦਿਵਸ ਅਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾ ਗੱਦੀ ਦਿਵਸ ਦੇ ਸੰਬੰਧ ਦੇ ਵਿੱਚ ਇੱਕ ਮਹਾਨ ਗੁਰਮਤਿ ਸਮਾਗਮ ਦਾ ਆਯੋਜਨ ਬੜੀ ਸ਼ਰਧਾ ਭਾਵਨਾ ਨਾਲ ਕਰਾਇਆ ਗਿਆ। ਹਲਕੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਗੁਰਿੰਦਰਪਾਲ ਸਿੰਘ ਗੋਰਾ ਦੇ ਯੋਗ ਯਤਨਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਸੁਚੱਜੀ ਅਗਵਾਈ ਹੇਠ ਆਯੋਜਿਤ ਕੀਤੇ ਗਏ ਉਕਤ ਗੁਰਮਤਿ ਸਮਾਗਮ ਵਿੱਚ ਪੰਥ ਦੇ ਪ੍ਰਸਿੱਧ ਕੀਰਤਨੀ ਜਥਿਆਂ ਨੇ ਆਪਣੀਆਂ ਹਾਜ਼ਰੀਆਂ ਭਰ ਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕੀਤਾ। ਇਸ ਮੌਕੇ 'ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸਰਦਾਰ ਗੁਰਿੰਦਰਪਾਲ ਸਿੰਘ ਗੋਰਾ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਵਿੱਚ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਫਲਸਫੇ ਨੂੰ ਪ੍ਰਚਾਰਨ ਦੇ ਲਈ ਸਮੁੱਚੀਆਂ ਸਿੱਖ ਜਥੇਬੰਦੀਆਂ ਅੱਗੇ ਆਉਣ। ਉਹਨਾਂ ਨੇ ਸੰਗਤਾਂ ਨੂੰ ਕਿਹਾ ਕਿ ਉਹ ਵੱਧ ਤੋਂ ਵੱਧ ਬਾਣੀ ਅਤੇ ਬਾਣੀ ਦੇ ਸਿਧਾਂਤ ਨਾਲ ਜੁੜ ਕੇ ਆਪਣਾ ਜੀਵਨ ਸਫਲ ਕਰਨ। ਸੋ ਪਿਆਰੇ ਦਰਸ਼ਕੋ, ਅਸੀਂ ਹੁਣ ਗੱਲ ਕਰਾਂਗੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੀ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਰੂਹਾਨੀਅਤ ਦਾ ਉਹ ਕੇਂਦਰ ਹੈ ਜਿੱਥੇ ਰੋਜ਼ ਹੀ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਸੰਗਤਾਂ ਨਤਮਸਤਕ ਹੁੰਦੀਆਂ ਹਨ ਅਤੇ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਨਤਮਸਤਕ ਹੋਣ ਉਪਰੰਤ ਲੰਗਰ ਵੀ ਛਕਦੀਆਂ ਹਨ। ਸੋ ਇਸੇ ਉਦੇਸ਼ ਦੀ ਪੂਰਤੀ ਨੂੰ ਲੈ ਕੇ ਪਿਛਲੇ ਦਿਨ ਹੀ ਗੁਰੂ ਘਰ ਦੇ ਪ੍ਰਸਿੱਧ ਕੀਰਤਨੀਏ ਭਾਈ ਗਗਨ ਦੀਪ ਸਿੰਘ ਨੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਲੰਗਰਾਂ ਦੀ ਸੇਵਾ ਵਿੱਚ 1 ਲੱਖ ਰੁਪਏ ਦੀ ਰਾਸ਼ੀ ਆਪਣੀ ਕਿਰਤ ਕਮਾਈ ਦੇ ਵਿੱਚੋਂ 10 ਵੰਨ ਦੇ ਰੂਪ ਵਿੱਚੋਂ ਭੇਂਟ ਕੀਤੀ। ਇਸ ਮੌਕੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸਾਹਿਬ ਨੇ ਭਾਈ ਗਗਨਦੀਪ ਸਿੰਘ ਨੂੰ ਸਿਰਪਾਓ ਅਤੇ ਯਾਦਗਾਰੀ ਤਸਵੀਰ ਭੇਂਟ ਕਰਕੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ 'ਤੇ ਉਹਨਾਂ ਨੇ ਕਿਹਾ ਕਿ ਹਰ ਗੁਰਸਿੱਖ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਆਪਣੀ ਕਿਰਤ ਕਮਾਈ ਵਿੱਚੋਂ ਕੁਛ 10 ਵੰਦ ਗੁਰੂ ਘਰ ਨੂੰ ਜ਼ਰੂਰ ਭੇਂਟ ਕਰੇ। ਸੋ ਆਓ ਦੇਖੀਏ ਕਿਸ ਢੰਗ ਦੇ ਨਾਲ ਭਾਈ ਗਗਨਦੀਪ ਸਿੰਘ ਨੂੰ ਉਕਤ ਕਾਰਜ ਲਈ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਨਮਾਨਿਤ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਨਾ ਹੀ ਪ੍ਰਭ ਸਭ ਕਿਛ ਤੇਰਾ। ਸੋਡੀ ਸੁਲਤਾਨ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਤਰੁੱਠ ਕਰਕੇ ਦਾਸਾਂ ਤੋਂ ਸਤਿਗੁਰੂ ਜੀ ਨੇ ਸੇਵਾ ਲਈ ਹੈ। ਜਿੱਥੇ ਸਤਿਗੁਰੂ ਜੀ ਦਾ ਸਾਡੇ ਲਈ ਉਪਦੇਸ਼ ਹੈ ਕਿ ਭਾਈ ਆਪਣੀਆਂ ਕਿਰਤ ਕਮਾਈਆਂ ਦੇ ਵਿੱਚੋਂ ਤੁਸੀਂ ਦਸਵੰਧ ਕੱਢਣਾ ਹੈ, ਸਵਾਸਾਂ ਦੇ ਵਿੱਚੋਂ ਵੀ ਤੁਸੀਂ 10ਵਾਂ ਦਸਵੰਧ ਕੱਢਣਾ ਹੈ। ਅੱਜ ਸਤਿਗੁਰੂ ਜੀ ਨੇ ਤਰੁੱਠ ਕਰਕੇ ਤਰਸ ਕਰਕੇ ਦਸਵੰਧ ਦੇ ਵਿੱਚੋਂ ਜੋ ਮਾਇਆ ਇਕੱਤਰ ਹੋਈ ਸੀ, ਸਤਿਗੁਰੂ ਜੀ ਨੇ ਆਪ ਹੀ ਸੱਦਾ ਦੇ ਕਰਕੇ ਕਿ ਭਾਈ ਆ ਕਰਕੇ ਤੁਸੀਂ ਸੇਵਾ ਲੰਗਰਾਂ 'ਚ ਪਾਉਣੀ ਹੈ। ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਔਰ ਮੈਨੇਜਰ ਸਾਹਿਬ ਸਰਦਾਰ ਭਗਵੰਤ ਸਿੰਘ ਜੀ, ਤਿਨ੍ਹਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਉਚੇਚੇ ਤੌਰ 'ਤੇ ਬੁਲਾ ਕਰਕੇ ਇਹ ਸੇਵਾ ਸਤਿਗੁਰੂ ਜੀ ਦੇ ਲੰਗਰਾਂ ਦੇ ਵਿੱਚ ਪਵਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਹੁਣ ਗੱਲ ਕਰਾਂਗੇ ਗੁਰਬਾਣੀ ਦੇ ਨਾਲ ਛੇੜਛਾੜ ਦੇ ਮਾਮਲੇ ਦੀ। ਇਸੇ ਸੰਬੰਧ ਦੇ ਵਿੱਚ ਪਿਛਲੇ ਦਿਨੀ ਜੰਮੂ ਕਸ਼ਮੀਰ ਦੀਆਂ ਸਿੱਖ ਸੰਗਤਾਂ ਦਾ ਇੱਕ ਵਫਦ ਗਿਆਨੀ ਜਗਤਾਰ ਸਿੰਘ ਧਰਮ ਪ੍ਰਚਾਰ ਕੋਆਰਡੀਨੇਟਰ ਜੰਮੂ ਕਸ਼ਮੀਰ ਦੀ ਅਗਵਾਈ ਹੇਠ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਮਿਲਿਆ ਅਤੇ ਉਹਨਾਂ ਨੂੰ ਇੱਕ ਮੰਗ ਪੱਤਰ ਪੇਸ਼ ਕਰਕੇ ਇਹ ਮੰਗ ਕੀਤੀ ਕਿ
ਗੁਰਬਾਣੀ ਅਤੇ ਸਿੱਖ ਰਹਿਤ ਮਰਿਆਦਾ ਨਾਲ ਛੇੜਛਾੜ ਕਰਨ ਵਾਲੇ ਵਿਅਕਤੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਜੰਮੂ ਕਸ਼ਮੀਰ ਦੀਆਂ ਸਿੱਖ ਸੰਗਤਾਂ ਪੂਰੀ ਤਰ੍ਹਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ। ਸੋ ਆਓ ਦੇਖੀਏ ਕਿਸ ਢੰਗ ਦੇ ਨਾਲ ਗਿਆਨੀ ਜਗਤਾਰ ਸਿੰਘ ਦੀ ਅਗਵਾਈ ਵਿੱਚ ਜੰਮੂ ਕਸ਼ਮੀਰ ਦੀਆਂ ਸਿੱਖ ਸੰਗਤਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਆਪਣਾ ਇਹ ਮੰਗ ਪੱਤਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਸਿੱਖ ਪੰਥ ਦਾ ਸਿਰਮੌਰ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮੁੱਚੇ ਜੰਮੂ ਕਸ਼ਮੀਰ ਦੇ ਪਤਵੰਤੇ ਅਤੇ ਬੁੱਧੀਜੀਵੀ ਸਾਰੇ ਹੀ ਇੱਥੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਂ। ਉੱਥੇ ਸਾਡਾ ਜੋ ਅੱਜ ਆਉਣ ਦਾ ਜੋ ਮੁੱਖ ਮਕਸਦ ਸੀ ਉਹ ਸੀ ਕਿ ਪਿਛਲੇ ਦਿਨੀ ਤਕਰੀਬਨ ਭਲੀ ਭਾਂਤ ਸਿੱਖ ਸੰਗਤਾਂ ਜਾਣਦੀਆਂ ਹਨ ਕਿਉਂਕਿ ਦੇਸ਼ ਵਿਦੇਸ਼ਾਂ ਵਿੱਚ ਇਸ ਗੱਲ ਦੀ ਚਰਚਾ ਹੋਈ ਹੈ ਕਿ ਜੰਮੂ ਕਸ਼ਮੀਰ ਵਿਖੇ ਜੋ ਇੱਕ ਅੰਮ੍ਰਿਤ ਦੀ ਉੱਪਰ ਕਿੰਤੂ ਪਰੰਤੂ ਨਿਤਨੇਮ ਦੀਆਂ ਬਾਣੀਆਂ 'ਤੇ ਕਿੰਤੂ ਪਰੰਤੂ ਅਰਦਾਸ 'ਤੇ ਕਿੰਤੂ ਪਰੰਤੂ ਔਰ ਬੜੀ ਵੱਡੀ ਛੇੜਛਾੜ ਜੋ ਇਤਿਹਾਸ ਦੇ ਨਾਲ ਕੀਤੀ ਜਾ ਰਹੀ ਹੈ ਉਸ ਦੇ ਸੰਬੰਧ ਵਿੱਚ ਜੋ ਉੱਥੇ ਦੇ ਨੌਜਵਾਨ ਵੀਰਾਂ ਨੇ ਜਦੋਂ ਇਹ ਰੋਸ ਜਤਾਇਆ ਸੀ ਸਿੱਖ ਸੰਗਤਾਂ ਦੇ ਉਹ ਸ਼ਿਕਾਇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੀ ਸੀ। ਸੋ ਪਿਛਲੇ ਦਿਨੀ ਜੋ ਹਾਲਾਤ ਜੰਮੂ ਕਸ਼ਮੀਰ ਦੇ ਅੰਦਰ ਜਿਨ੍ਹਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀਰਾਂ ਨੂੰ ਬੁਲਾਇਆ ਗਿਆ ਉਸ ਤੋਂ ਬਾਅਦ ਜੋ ਹਾਲਾਤ ਜੰਮੂ ਕਸ਼ਮੀਰ ਦੇ ਅੰਦਰ ਚਿੰਤਾਜਨਕ ਬਣੇ ਸਨ ਉਸ ਦੇ ਸੰਬੰਧ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਯਾਨੀ ਰਘਬੀਰ ਸਿੰਘ ਜੀ ਜਿਨ੍ਹਾਂ ਨੇ ਅੱਜ ਸਮਾਂ ਦਿੱਤਾ ਸੀ। ਸੋ ਅਸੀਂ ਜੰਮੂ ਕਸ਼ਮੀਰ ਤੋਂ ਦਾਸ ਰਾਗੀ ਜਗਤਾਰ ਸਿੰਘ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਡਵਾਈਜ਼ਰ ਅਤੇ ਕੋਆਰਡੀਨੇਟਰ ਧਰਮ ਪ੍ਰਚਾਰ ਕਮੇਟੀ ਜੰਮੂ ਕਸ਼ਮੀਰ ਦਾ ਨਿਯੁਕਤ ਕੀਤਾ ਗਿਆ ਸੀ, ਸੇਵਾ ਮਿਲੀ ਸੀ। ਨਾਲ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ ਇੰਚਾਰਜ ਸਿੱਖ ਮਿਸ਼ਨ ਜੰਮੂ ਕਸ਼ਮੀਰ ਤੋਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੰਮੂ ਕਸ਼ਮੀਰ ਰਿਆਸਤ ਨੂੰ ਵੇਖ ਰਹੇ ਹਨ, ਉਸ ਦੇ ਨਾਲ ਨਾਲ ਜੋ ਵਿਸ਼ੇਸ਼ ਕਰਕੇ ਸਾਡੀਆਂ ਉੱਥੇ ਦੀਆਂ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹਨ ਜਿਨ੍ਹਾਂ ਨੂੰ ਸੰਗਤਾਂ ਨੇ ਇੱਕ ਇਲੈਕਟਿਡ ਮੈਂਬਰ ਹਨ ਜਿਨ੍ਹਾਂ ਦਾ ਇੱਕ ਹਨ ਉਹਨਾਂ ਦੇ ਪਤਵੰਤੇ ਜੋ ਵਿਸ਼ੇਸ਼ ਕਰਕੇ ਸਿੰਘ ਸਾਹਿਬ ਜੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਹੈ ਉਸ ਦੇ ਨਾਲ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ, ਜਿਹੜੇ ਅਖਬਾਰ ਜਿਹੜੇ ਮੀਡੀਆ ਚੈਨਲ ਔਰ ਗੈਰ ਜ਼ਿੰਮੇਵਾਰਨ ਤਰੀਕੇ ਨਾਲ ਝੂਠੀਆਂ ਖਬਰਾਂ ਲਾ ਰਹੇ ਹਨ ਉਹਨਾਂ ਦੀ ਬਣਦੀ ਕਾਰਵਾਈ ਅਦਾਲਤੀ ਮਾਣਹਾਨੀ ਦੇ ਦਾਅਵੇ ਉਸ ਗੱਲ ਦੀ ਅਸੀਂ ਪ੍ਰਤੀਗਿਆ ਧੰਨ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਚਰਨਾਂ ਵਿੱਚ ਅਰਦਾਸ ਕਰਕੇ ਕਰਨੀ ਹੈ ਕਿ ਸਾਰੇ ਅਸੀਂ ਲੜ ਕੇ ਇਹ ਸਾਂਝੀ ਲੜਾਈ ਜਿਹੜੀ ਹੈ ਉਹ ਬਖਸ਼ਿਆ ਨਹੀਂ ਜਾਏਗਾ ਜਿਹੜਾ ਝੂਠਾ ਪ੍ਰੋਪੋਗੰਡਾ ਔਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਨ ਮਰਿਆਦਾ ਨੂੰ ਪੂਰੀ ਦੁਨੀਆ ਵਿੱਚ ਉਹ ਜੋ ਰੋਲਣ ਦਾ ਯਤਨ ਕੀਤਾ ਜਾ ਰਿਹਾ ਹੈ ਜਾਂ ਸਿੰਘ ਸਾਹਿਬਾਨਾਂ ਦੀ ਸ਼ਖਸੀਅਤ ਨੂੰ ਜੋ ਖੁਰਦਬੁਰਦ ਕਰਨ ਲਈ ਯਤਨ ਕੀਤਾ ਜਾ ਰਿਹਾ ਹੈ, ਮੈਂ ਅੱਜ ਇਸ ਗੱਲ ਦੀ ਪ੍ਰਤੀਗਿਆ ਕਰਦਾ ਹਾਂ, ਅਕਾਲ ਤਖ਼ਤ ਸਾਹਿਬ ਦੇ ਬਾਹਰ ਖੜ੍ਹਾ ਹਾਂ, ਸਿਰ ਜਾਵੇ ਭਾਵੇਂ ਜਾਵੇ ਪਰ ਇਹ ਲੜਾਈ ਜਿਹੜੀ ਹੈ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਨ ਮਰਿਆਦਾ ਦੀ ਹੈ। ਅਗਲੇ ਦਿਨੀ ਤੁਸੀਂ ਦੇਖੋਗੇ ਤੁਹਾਡੇ ਨਾਲ ਮੁਖਾਤਫ ਹੋਵਾਂਗੇ ਕਿ ਜਿਹੜੇ ਬੰਦੇ ਮਾਣਹਾਨੀ ਦੇ ਦਾਅਵੇ ਔਰ ਜਿਹੜੇ ਸਾਡੇ ਵਕੀਲਾਂ ਦੇ ਪੈਨਲ ਉਹ ਕੰਮ ਕਰਨਾ ਸ਼ੁਰੂ ਕਰ ਚੁੱਕੇ ਹਨ, ਅਗਲੇ ਦਿਨੀ ਤੁਹਾਡੇ ਨਾਲ ਸਾਂਝੇ ਕਰਾਂਗੇ। ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੀਡੀਆ ਦਾ ਆਪਣੇ ਵੱਲੋਂ ਧੰਨਵਾਦ ਕਰਦਾ ਜੀ, ਗੁਸਤਾਖੀ ਮਾਫ਼। ਸੋ ਪਿਆਰੇ ਦਰਸ਼ਕੋ, ਅਸੀਂ ਹੁਣ ਗੱਲ ਕਰਾਂਗੇ ਉੱਤਰ ਪ੍ਰਦੇਸ਼ ਦੀ। ਉੱਤਰ ਪ੍ਰਦੇਸ਼ ਵਿੱਚ ਵਸਦੀਆਂ ਹੋਈਆਂ ਸਿੱਖ ਸੰਗਤਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦੇ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਰਦਾਰ ਇਕਬਾਲ ਸਿੰਘ ਲਾਲਪੁਰਾ, ਕੌਮੀ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਭਾਰਤ ਨੇ ਕੀਤਾ। ਇਸ ਮੌਕੇ 'ਤੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਹੋਇਆਂ ਸਰਦਾਰ ਲਾਲਪੁਰਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਵਸਦੀਆਂ ਹੋਈਆਂ ਸਿੱਖ ਸੰਗਤਾਂ ਦੇ ਮਸਲਿਆਂ ਨੂੰ ਕੇਂਦਰ ਸਰਕਾਰ ਹੱਲ ਕਰਨ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਉਹਨਾਂ ਨੇ ਕਿਹਾ
ਕਿ ਉੱਤਰ ਪ੍ਰਦੇਸ਼ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਬਣਾਉਣ ਦੀ ਸਖ਼ਤ ਲੋੜ ਹੈ ਤਾਂ ਕਿ ਇੱਥੇ ਵਸਦੇ ਹੋਏ ਸਿੱਖਾਂ ਅਤੇ ਖਾਸ ਕਰਕੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰੂ ਨਾਨਕ ਦੀ ਫਿਲਾਸਫੀ ਅਤੇ ਸਿੱਖਿਆਵਾਂ ਬਾਰੇ ਖੁੱਲ੍ਹ ਕੇ ਪਤਾ ਲੱਗ ਸਕੇ। ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਯੂਨੀਵਰਸਿਟੀ ਸਥਾਪਿਤ ਕਰਨ ਲਈ ਉਹ ਆਪਣੀ ਪੂਰੀ ਵਾਹ ਲਗਾ ਦੇਣਗੇ। ਸੋ ਅਸੀਂ ਹੁਣ ਗੱਲ ਕਰਾਂਗੇ ਮਹਾਰਾਸ਼ਟਰ ਦੀ। ਮਹਾਰਾਸ਼ਟਰ ਵਿੱਚ ਵਸਦੀਆਂ ਹੋਈਆਂ ਸਿੱਖ ਸੰਗਤਾਂ ਨੂੰ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਵਾਉਣ ਦੇ ਮਿਸ਼ਨ ਨੂੰ ਲੈ ਕੇ ਪਿਛਲੇ ਦਿਨੀਂ ਚੀਫ ਖਾਲਸਾ ਦੀਵਾਨ ਅਤੇ ਯੂਨਿਟੀ ਆਫ ਸਿੱਖ ਸੰਸਥਾ ਦੇ ਵੱਲੋਂ ਸਾਂਝੇ ਰੂਪ ਵਿੱਚ ਉਦਮ ਉਪਰਾਲਾ ਕਰਦਿਆਂ ਹੋਇਆਂ ਮਹਾਰਾਸ਼ਟਰ ਦੀਆਂ ਸਿੱਖ ਸੰਗਤਾਂ ਨੂੰ ਨਿਸ਼ਕਾਮ ਰੂਪ ਦੇ ਵਿੱਚ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਵਾਏ ਗਏ। ਇਸੇ ਮਿਸ਼ਨ ਦੀ ਪ੍ਰਾਪਤੀ ਸੰਬੰਧੀ ਗੱਲ ਕਰਦਿਆਂ ਹੋਇਆਂ ਸਰਦਾਰ ਗੁਰਿੰਦਰ ਸਿੰਘ ਬਾਵਾ ਨੇ ਦੱਸਿਆ ਕਿ ਮਹਾਰਾਸ਼ਟਰ ਦੀਆਂ ਸਿੱਖ ਸੰਗਤਾਂ ਨੂੰ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਦਰਸ਼ਨ ਦੁਆਰੇ ਕਰਵਾਉਣ ਦਾ ਜੋ ਬੀੜਾ ਇਹਨਾਂ ਸੰਸਥਾਵਾਂ ਨੇ ਚੁੱਕਿਆ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਸ਼ਲਾਘਾਯੋਗ ਕਾਰਜ ਹੈ, ਜਿਸ ਨਾਲ ਉਹ ਸਿੱਖ ਸੰਗਤਾਂ ਜਿਹੜੀਆਂ ਦੂਰ ਦੁਰਾਡੇ ਦੇ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਨਹੀਂ ਕਰ ਸਕਦੀਆਂ ਉਹਨਾਂ ਨੂੰ ਇਸ ਮਿਸ਼ਨ ਦੇ ਨਾਲ ਵੱਡੀ ਸੁਖਾਦ ਪ੍ਰਾਪਤ ਹੋਵੇਗੀ। ਸੋ ਉਹਨਾਂ ਨੇ ਸਮੁੱਚੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਦੀਆਂ ਧਾਰਮਿਕ ਯਾਤਰਾਵਾਂ ਨਿਰੰਤਰ ਜਾਰੀ ਰਹਿਣਗੀਆਂ। ਸਾ ਯੂਨਿਟੀ ਵਾਸਤੇ ਅਤੇ ਬੰਬੇ ਦੀ ਸਾਧ ਸੰਗਤ ਵਾਸਤੇ ਬਹੁਤ ਹੀ ਭਾਗਿਆ ਭਾਰਾ ਦਿਨ ਹੈ ਕਿ ਇੱਕ ਜੱਥਾ 85 ਸਾਧ ਸੰਗਤ ਜੀ ਦਾ ਬੰਬਈ ਦੀ ਪਟਨਾ ਸਾਹਿਬ ਵੱਲ ਰਵਾਨਾ ਹੋ ਰਹੇ ਨੇ। ਅਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਖਾਲਸਾ ਯੂਨਿਟੀ ਬਾਰੇ ਕਿ ਖਾਲਸਾ ਯੂਨਿਟੀ ਜਿਹੜੀ ਹੈ ਉਹ ਇੱਕ ਸੰਸਥਾ ਹੈ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਅਤੇ ਚੀਫ ਖਾਲਸਾ ਦੀਵਾਨ ਮੁੰਬਈ ਯੂਨਿਟ ਅਤੇ ਸਿੰਘ ਸਭਾ ਦਾਦਰ ਮੁੰਬਈ ਦੀ ਸਰਪ੍ਰਸਤੀ ਥੱਲੇ ਇਹ ਸੰਸਥਾ ਚਲਾਈ ਜਾ ਰਹੀ ਹੈ। ਸਭ ਤੋਂ ਪਹਿਲਾਂ ਸਾਡਾ ਅਦਾਰਾ ਹੈ ਕਿ ਸਾਧ ਸੰਗਤ ਤੋਂ ਮੁੰਬਈ ਦੀ ਸਾਰੇ ਧਾਮਾਂ ਦੀ ਯਾਤਰਾ ਕਰਾਈ ਜਾਵੇ ਜੋ ਅੱਜ ਸ਼ੁਰੂਆਤ ਹੋ ਰਹੀ ਹੈ ਪਟਨਾ ਸਾਹਿਬ ਤੋਂ ਸ਼ੁਰੂਆਤ ਹੋ ਰਹੀ ਹੈ। ਉਸ ਤੋਂ ਬਾਅਦ ਸਾਡਾ ਜਿਹੜੀ ਸੈਕਿੰਡ ਹੈ ਉਹ ਹੈ ਪੜ੍ਹਾਈ ਲਿਖਾਈ। ਜਿਹੜੇ ਵੀ ਸਿੱਖ ਲੋਕ ਹੈ ਮੁੰਬਈ ਦੇ ਬੱਚੇ ਸਿੱਖ ਬੱਚੇ ਹੈ ਉਹਨਾਂ ਨੂੰ ਫਰੀ ਵਿੱਚ ਐਜੂਕੇਸ਼ਨ ਹੈ ਜੋ ਕਿ ਫੀਸ ਨਹੀਂ ਦੇ ਸਕਦੇ ਜਾਂ ਪੜ੍ਹਾਈ ਲਿਖਾਈ ਵਾਸਤੇ ਕਾਪੀਆਂ ਨਹੀਂ ਲੈ ਸਕਦੇ ਉਹ ਸਾਰੀਆਂ ਫਰੀ ਦਿੱਤੀਆਂ ਜਾ ਰਹੀਆਂ। ਸੋ ਅਸੀਂ ਹੁਣ ਗੱਲ ਕਰਾਂਗੇ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ, ਜਿਨ੍ਹਾਂ ਨੂੰ ਪਿਛਲੇ ਦਿਨੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹ ਲਗਾਈ ਗਈ ਸੀ। ਤਨਖਾਹ ਦੀ ਸਮਾਪਤੀ ਉਪਰੰਤ ਆਪਣੇ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਜੇਕਰ ਮੁੜ ਦੁਬਾਰਾ ਉਹਨਾਂ ਨੂੰ ਤਖ਼ਤ ਸ਼੍ਰੀ ਪਟਨਾ ਸਾਹਿਬ ਦੀ ਸੇਵਾ ਸੰਭਾਲ ਕਰਨ ਦਾ ਮੌਕਾ ਮਿਲਿਆ ਤਾਂ ਉਹ ਜ਼ਰੂਰ ਕਰਨਗੇ। ਉਹਨਾਂ ਨੇ ਸਪਸ਼ਟ ਰੂਪ ਵਿੱਚ ਕਿਹਾ ਕਿ ਉਹਨਾਂ ਨੇ ਇੱਕ ਨਿਮਾਣੇ ਸਿੱਖ ਦੇ ਰੂਪ ਦੇ ਵਜੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁਣਾਈ ਗਈ ਤਨਖਾਹ ਨੂੰ ਪੂਰੀ ਤਨਦੇਹੀ ਦੇ ਨਾਲ ਸੰਪੂਰਨ ਕੀਤਾ ਹੈ। ਸੋ ਆਓ ਦੇਖੀਏ ਕਿਸ ਢੰਗ ਦੇ ਨਾਲ ਗਿਆਨੀ ਇਕਬਾਲ ਸਿੰਘ ਨੇ ਆਪਣੇ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਦੇਖੋ ਜੋ ਵੀ ਹੋਇਆ ਵੀ ਜਦੋਂ ਆਪਾਂ ਸਮਰਪਿਤ ਹੋ ਗਏ ਤਾਂ ਉਹਦੇ ਵਾਸਤੇ ਆਪਾਂ ਫਿਰ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ। ਹੁਣ ਜੇ ਮੈਂ ਕਿੰਤੂ ਪ੍ਰੰਤੂ ਕਰਨੀ ਤਾਂ ਮੈਂ ਬਤੌਰ ਜਥੇਦਾਰ ਉੱਤੇ ਸੇਵਾ ਕਰ ਰਿਹਾ ਸੀ ਅਤੇ ਮੈਂ ਆਉਂਦਾ ਹੀ ਨਾ, ਮੈਂ ਇਹਨਾਂ ਦੀ ਗੱਲ ਮੰਨਦਾ ਹੀ ਨਾ। ਆਪਾਂ ਤਾਂ ਅਕਾਲ ਤਖ਼ਤ ਸਾਹਿਬ, ਜੇ ਮੈਂ ਅਕਾਲ ਤਖ਼ਤ ਸਾਹਿਬ 18-19 ਸਾਲ ਇਹਨਾਂ ਨਾਲ ਬੈਠ ਕੇ ਮੈਂ ਮੀਟਿੰਗਾਂ ਕਰਦਾ ਰਿਹਾ ਅਤੇ ਸਾਰੇ ਫੈਸਲੇ ਕਰਦੇ ਰਿਹਾ ਜੀ ਸਾਰਾ ਕੁਝ। ਅਤੇ ਜੇ ਹੁਣ ਮੈਨੂੰ ਇਹਨਾਂ ਨੇ ਕਰ ਲਿਆ ਤਾਂ ਮੈਂ ਉਸ ਨੂੰ ਅਕਾਲ ਤਖ਼ਤ ਸਾਹਿਬ ਨੂੰ ਸੁਪਰੀਮ ਮੰਨ ਕੇ ਆਇਆ ਅਤੇ ਆ ਕੇ ਨਤਮਸਤਕ ਹੋਇਆ ਅਤੇ ਜੋ ਉਹਨਾਂ ਨੇ ਸੇਵਾ ਲਈ ਉਹ ਪ੍ਰਵਾਨ ਕੀਤੀ ਉਹ ਪੂਰੀ ਕਰਕੇ ਅੱਜ ਮੈਂ ਬਿਲਕੁਲ ਫਰੀ ਹੋ ਗਿਆ। ਕੋਲ ਕਿਉਂ ਨਹੀਂ ਕਰਾਂਗੇ ਸੇਵਾ ਕਰਨੀ, ਕਿਉਂਕਿ ਮੇਰੇ ਤੋਂ ਪਹਿਲੇ ਜਿਹੜੇ ਜਥੇਦਾਰ ਸੀਗੇ ਭਾਈ ਮਾਨ ਸਿੰਘ ਉਹ
96 ਸਾਲ ਦੀ ਉਮਰ ਤੱਕ ਜਥੇਦਾਰ ਰਹੇ ਨੇ। ਉਹਨਾਂ ਦੇ ਸਰੀਰ ਤਿਆਗਣ ਤੋਂ ਬਾਅਦ 2000 'ਚ ਉਹਨਾਂ ਨੇ ਸਰੀਰ ਤਿਆਗਿਆ, ਉਸ ਤੋਂ ਬਾਅਦ ਮੈਂ ਜਥੇਦਾਰ ਬਣਿਆ। ਪਹਿਲੇ ਮੈਂ ਸੈਕਿੰਡ ਜਥੇਦਾਰ ਸੀ, ਮੀਰ ਜਥੇਦਾਰ ਸੀ ਪਹਿਲਾਂ, ਹੈਡ ਗ੍ਰੰਥੀ ਮੀਰ ਜਥੇਦਾਰ ਦੀ ਮੇਰੀ ਪਹਿਲੀ ਡਿਊਟੀ ਸੀ 84 ਤੋਂ ਲੈ ਕਰਕੇ। ਤਕਰੀਬਨ ਹੁਣ 40 ਸਾਲ ਹੋ ਰਹੇ ਆ, ਹੁਣ ਤਾਂ ਉਹ 40 ਸਾਲ ਇੱਕ ਸਾਲ ਘੱਟ 40 ਸਾਲ ਤਕਰੀਬਨ ਹੋ ਰਹੇ ਆ। ਇਸ ਕਰਕੇ ਐਡੀ ਲੰਮੀ ਮੇਰੀ ਉੱਥੇ ਸੇਵਾ ਹੈਗੀ ਹੈ, ਅਤੇ ਮੈਂ ਕਿਉਂ ਨਹੀਂ ਸੇਵਾ ਕਰਾਂਗਾ ਜੀ। ਮੈਂ ਤੰਦਰੁਸਤ ਹਾਂ, ਚੜ੍ਹਦੀ ਕਲਾ ਕੋਈ ਸਰੀਰ ਨੂੰ ਰੋਗ ਨਹੀਂ, ਕੋਈ ਤਕਲੀਫ ਨਹੀਂ, ਅਤੇ ਮੈਂ ਬਿਲਕੁਲ ਤੰਦਰੁਸਤ ਹਾਂ, ਫਿੱਟ ਹਾਂ, ਮੈਂ ਸੇਵਾ ਕਰਾਂ। ਸੋ ਅਸੀਂ ਹੁਣ ਗੱਲ ਕਰਾਂਗੇ ਪਾਕਿਸਤਾਨ ਸਰਕਾਰ ਦੀ। ਪਾਕਿਸਤਾਨ ਸਰਕਾਰ ਦੇ ਵੱਲੋਂ ਪਿਛਲੇ ਦਿਨੀ ਇੱਕ ਅਹਿਮ ਫੈਸਲਾ ਲੈਂਦਿਆਂ ਹੋਇਆ ਵਿਦੇਸ਼ਾਂ ਵਿੱਚ ਵਸਦੇ ਹੋਏ ਸਿੱਖਾਂ ਨੂੰ ਪਾਕਿਸਤਾਨ ਵਿਖੇ ਯਾਤਰਾ ਕਰਨ ਸਮੇਂ ਔਨ ਅਰਾਈਵਲ ਵੀਜ਼ਾ ਦੇਣ ਦਾ ਜੋ ਐਲਾਨ ਕੀਤਾ ਗਿਆ ਹੈ, ਉਸ ਦੇ ਨਾਲ ਵਿਦੇਸ਼ਾਂ ਵਿੱਚ ਵਸਦੀਆਂ ਹੋਈਆਂ ਸਿੱਖ ਸੰਗਤਾਂ ਦੇ ਵਿੱਚ ਕਾਫੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਉੱਥੇ ਦੂਜੇ ਪਾਸੇ ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਵੀ ਪਾਕਿਸਤਾਨੀ ਸਰਕਾਰ ਦੀ ਸ਼ਲਾਘਾ ਕਰਦਿਆਂ ਹੋਇਆਂ ਕਿਹਾ ਹੈ ਕਿ ਜਿਸ ਢੰਗ ਦੇ ਨਾਲ ਉਹਨਾਂ ਨੇ ਇਹ ਨੀਤੀ ਬਣਾਈ ਹੈ, ਉਸੇ ਆਧਾਰ ਦੇ ਉੱਤੇ ਭਾਰਤ ਦੇ ਸਿੱਖਾਂ ਨੂੰ ਵੀ ਔਨ ਅਰਾਈਵਲ ਵੀਜ਼ਾ ਦਿੱਤਾ ਜਾਵੇ, ਤਾਂ ਕਿ ਭਾਰਤ ਵਿੱਚ ਵਸਦੀਆਂ ਹੋਈਆਂ ਸਿੱਖ ਸੰਗਤਾਂ ਵੀ ਵਿਦੇਸ਼ੀ ਸਿੱਖ ਸੰਗਤਾਂ ਵਾਂਗ ਪਾਕਿਸਤਾਨ ਦੇ ਇਤਿਹਾਸਕ ਗੁਰਦਾਮਾਂ ਦੇ ਖੁੱਲ੍ਹ ਕੇ ਦਰਸ਼ਨ ਦੀਦਾਰੇ ਕਰ ਸਕਣ। ਇਸ ਦੌਰਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਪਾਕਿਸਤਾਨ ਸਰਕਾਰ ਨੂੰ ਇਹ ਵੀ ਬੇਨਤੀ ਕੀਤੀ ਕਿ ਉਹ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਬਜਾਏ ਆਧਾਰ ਕਾਰਡ ਜਿਹੜਾ ਹੈ ਉਹਦੀ ਮਾਨਤਾ ਦਿੱਤੀ ਜਾਵੇ। ਉਹਨਾਂ ਨੇ ਪਾਕਿਸਤਾਨੀ ਸਰਕਾਰ ਨੂੰ ਇੱਕ ਵਾਰੀ ਫਿਰ ਅਪੀਲ ਕੀਤੀ ਕਿ ਉਹ ਭਾਰਤੀ ਸਿੱਖਾਂ ਨੂੰ ਵੀ ਔਨ ਅਰਾਈਵਲ ਵੀਜ਼ਾ ਦੀ ਜਿਹੜੀ ਪ੍ਰਣਾਲੀ ਰਾਹੀਂ ਭਾਰਤੀ ਸਿੱਖਾਂ ਨੂੰ ਵੀ ਸਹੂਲਤ ਦਿੱਤੀ ਜਾਵੇ। ਸੋ ਆਓ ਦੇਖੀਏ ਕਿਸ ਢੰਗ ਦੇ ਨਾਲ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਆਪਣੇ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਨ ਮੈਂ ਸਮਝਦਾ ਸਮੁੱਚੀ ਕੌਮ ਵਾਸਤੇ ਔਰ ਖਾਸ ਤੌਰ 'ਤੇ ਜਿਹੜੇ ਸਿੱਖ ਆਸਟ੍ਰੇਲੀਆ, ਨਿਊਜ਼ੀਲੈਂਡ, ਥਾਈਲੈਂਡ, ਜਪਾਨ, ਕੋਰੀਆ, ਹਾਂਗਕਾਂਗ, ਚੀਨ, ਯੂਰਪ ਦੇ ਵਿੱਚ, ਅਮੈਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਰਹਿ ਰਹੇ ਹਨ, ਉਹਨਾਂ ਵਾਸਤੇ ਬਹੁਤ ਵੱਡੀ ਖਬਰ ਹੈ। ਪਾਕਿਸਤਾਨ ਸਰਕਾਰ ਨੇ ਕੱਲ੍ਹ ਇੱਕ ਸਪੈਸ਼ਲ ਆਰਡੀਨੈਂਸ ਰਾਹੀਂ, ਜਿਹਦੀ ਫੋਟੋ ਮੈਂ ਜਨਾਬ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਦੱਸ ਰਿਹਾ, ਜਿਹਦੇ 'ਚ ਉਹਨਾਂ ਨੇ ਇਹ ਆਰਡੀਨੈਂਸ ਕੱਢਿਆ ਉਰਦੂ ਦੇ ਵਿੱਚ। ਉਹਨਾਂ ਨੇ ਐਲਾਨ ਕੀਤਾ ਕਿ ਜਿੰਨੇ ਵੀ ਥਰਡ ਕੰਟਰੀਜ਼ ਦੇ ਵਿੱਚ ਸਿੱਖ ਰਹਿੰਦੇ ਨੇ, ਉਹਨਾਂ ਸਾਰਿਆਂ ਨੂੰ ਹੁਣ ਵੀਜ਼ਾ ਜਿਹੜਾ ਹੈਗਾ, ਜਦੋਂ ਹਿੰਦੁਸਤਾਨ ਆਉਣਗੇ ਅਤੇ ਕਿਸੇ ਕਿਸਮ ਦੀ ਉਹਨਾਂ ਨੂੰ ਦਿੱਕਤ ਨਹੀਂ ਆਏਗੀ। ਪਾਕਿਸਤਾਨ ਸਰਕਾਰ ਵੀਜ਼ਾ ਔਨ ਅਰਾਈਵਲ ਉਹਨਾਂ ਨੂੰ ਦੇ, ਜਿਸ ਦੇ ਨਾਲ ਜਿਹੜੀ ਦਿੱਕਤ ਆਉਂਦੀ ਸੀ ਔਰ ਕਈ ਸਿੱਖ ਵਾਂਝੇ ਰਹਿ ਜਾਂਦੇ ਸਨ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨ ਨੂੰ, ਭਾਵੇਂ ਅਸੀਂ ਰੋਜ਼ ਅਰਦਾਸ ਕਰਦੇ ਹਾਂ ਖੁੱਲ੍ਹੇ ਦਰਸ਼ਨ ਦੇ ਦਾਰੇ ਅਕਾਲ ਪੁਰਖ ਬਖਸ਼ੀ, ਮੈਂ ਸਮਝਦਾ ਬਈ ਇੱਕ ਹੱਦ ਜਿਹੜੀ ਆ ਜੋ ਪੂਰੀ ਹੈ। ਔਰ ਅਸੀਂ ਪਾਕਿਸਤਾਨ ਸਰਕਾਰ ਦੇ ਧੰਨਵਾਦੀ ਹਾਂ। ਜਿਹੜੀ ਗੱਲ ਅਸੀਂ 2 ਸਾਲ ਪਹਿਲੇ ਇਸਲਾਮਾਬਾਦ ਜਾ ਕੇ ਅਫਤਾਬ ਸਾਹਿਬ ਨੂੰ ਦਿੱਤੀ ਸੀ ਚਿੱਠੀ, ਰਿਕੁਐਸਟ ਕੀਤੀ ਸੀ, ਅੱਜ ਪੂਰੇ 2.5 ਸਾਲ ਬਾਅਦ ਉਹ ਸਾਡੀ ਗੱਲ ਭਾਵੇਂ ਅੱਧੀ ਮੰਨੀ ਗਈ ਹੈ, ਪਰ ਜਦ ਅੱਧੀ ਮੰਨੀ ਜਾਏ ਤਾਂ ਪੂਰੀ ਵੀ ਮੰਨਣ ਦੇ
ਅਸਾਰ ਬਹੁਤ ਅੱਛੇ ਹੋ ਜਾਂਦੇ ਨੇ। ਤਾਂ ਗੱਲ ਖਤਮ ਹੋ ਗਈ, ਵਰਨਾ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਿਹੜੇ ਬਾਹਰੋਂ ਸਿੱਖ ਆਉਣਗੇ ਉਹਨਾਂ ਨੂੰ ਇੰਡੀਅਨ ਅੰਬੈਸੀ ਵੀਜ਼ਾ ਦੇਗੀ ਪਾਕਿਸਤਾਨ ਦਾ, ਪਾਕਿਸਤਾਨ ਅੰਬੈਸੀ ਇਨ ਇੰਡੀਆ ਉਹਨਾਂ ਨੂੰ ਵੀਜ਼ਾ ਦੇਗੀ। ਪਰ ਇਹ ਬਹੁਤ ਵੱਡੀ ਗੱਲ ਕਰਤੀ। ਮੈਂ ਹੁਣ ਸਮੁੱਚੇ ਬਾਹਰਲੇ ਸਿੱਖਾਂ ਨੂੰ, ਭਾਵੇਂ ਉਹ ਦੁਨੀਆ ਦੇ ਕਿਸੇ ਕੋਨੇ 'ਚ ਰਹਿੰਦੇ ਨੇ, ਕੋਈ ਵੀ ਸਿੱਖ ਇਹ ਮੰਚ ਧਾਰ ਲਵੇ ਕਿ ਸੰਸਾਰ ਛੱਡਣ ਤੋਂ ਪਹਿਲੇ ਮੈਂ ਉਹਨਾਂ ਗੁਰਧਾਮਾਂ ਦੇ ਦਰਸ਼ਨ ਕਰਨੇ ਜ਼ਰੂਰ ਚਾਹਵਾਂਗਾ। ਗੱਲ ਮੈਂ ਮਾੜੀ ਕਹੀ ਹੈ ਪਰ ਜਾਣਾ ਤਾਂ ਸਭ ਨੇ, ਇਸ ਲਈ ਉਹ ਵਾਰ ਵਾਰ ਜਾਣ ਇਹ ਮੇਰੀ ਖਾਹਿਸ਼ ਹੈ, ਜ਼ਿੰਦਗੀ 100 ਵਾਰ ਜਾਣ ਇਹ ਮੇਰੀ ਖਾਹਿਸ਼ ਹੈ, ਪਰ ਇੱਕ ਵਾਰ ਉਹਨਾਂ ਗੁਰਧਾਮਾਂ ਦੇ ਗੁਰੂ ਨਾਨਕ ਸਾਹਿਬ ਦੇ ਚਰਨ 'ਚੋਂ ਪ੍ਰਾਪਤ ਕਰਕੇ ਅਤੇ ਇਹ ਜਨਮ ਸੁਹੇਲਾ ਕਰਨ। ਪੁੱਲ ਚੁੱਕ ਦੀ ਮਾਫ਼ੀ। ਵਾਹਿਗੁਰੂ ਜੀ ਕਾ ਖਾਲਸਾ। ਸੋ ਪਿਆਰੇ ਦਰਸ਼ਕੋ, ਅਸੀਂ ਹੁਣ ਗੱਲ ਕਰਾਂਗੇ ਕਾਰਗਿਲ ਦੇ ਸ਼ਹੀਦਾਂ ਦੀ। ਕਾਰਗਿਲ ਜੰਗ ਦੀ ਸ਼ਹੀਦ ਦੀ ਯਾਦ ਦੇ ਵਿੱਚ ਪਿਛਲੇ ਦਿਨੀ ਸ਼੍ਰੀ ਅੰਮ੍ਰਿਤਸਰ ਵਿਖੇ ਵੈਟਰਨ ਵੈਲਫੇਅਰ ਐਸੋਸੀਏਸ਼ਨ ਫੈਡਰੇਸ਼ਨ ਦੇ ਵੱਲੋਂ ਇੱਕ ਸ਼ਹੀਦੀ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਬਕਾ ਫੌਜੀ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵਿਸ਼ੇਸ਼ ਤੌਰ 'ਤੇ ਭਾਗ ਲਿਆ ਅਤੇ ਕਾਰਗਿਲ ਦੀ ਜੰਗ ਦੌਰਾਨ ਸ਼ਹੀਦ ਹੋਣ ਵਾਲੇ ਜਵਾਨਾਂ ਨੂੰ ਆਪਣਾ ਸਿਜਦਾ ਅਤੇ ਸਤਿਕਾਰ ਅਰਪਿਤ ਕੀਤਾ। ਇਸ ਸਮੇਂ ਆਯੋਜਿਤ ਕੀਤੇ ਗਏ ਸਮਾਗਮ ਵਿੱਚ ਉਚੇਚੇ ਤੌਰ 'ਤੇ ਪੁੱਜੇ ਭਾਈ ਬਲਦੇਵ ਸਿੰਘ ਵਡਾਲਾ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦੇ ਹੋਇਆਂ ਕਿਹਾ ਕਿ ਸ਼ਹੀਦ ਦੇਸ਼ ਅਤੇ ਕੌਮ ਦਾ ਵਡਮੁੱਲਾ ਸਰਮਾਇਆ ਹੁੰਦੇ ਹਨ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਯੋਧਿਆਂ ਵੱਲੋਂ ਦਿੱਤੀਆਂ ਗਈਆਂ ਸ਼ਹਾਦਤਾਂ ਦੇ ਸਦਕੇ ਹੀ ਅੱਜ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਾਂ। ਉਹਨਾਂ ਨੇ ਖਾਸ ਕਰਕੇ ਸਿੱਖ ਰੈਜੀਮੈਂਟ ਅਤੇ ਪੰਜਾਬ ਰੈਜੀਮੈਂਟ ਦੇ ਉਹਨਾਂ ਜਵਾਨਾਂ ਨੂੰ ਆਪਣਾ ਸਿੱਧਾ ਅਤੇ ਸਤਿਕਾਰ ਅਰਪਿਤ ਕਰਤਾ, ਜਿਨ੍ਹਾਂ ਨੇ ਕਾਰਗਿਲ ਦੀ ਜੰਗ ਦੇ ਦੌਰਾਨ ਆਪਣੀਆਂ ਸ਼ਹਾਦਤਾਂ ਦੇ ਕੇ ਦੁਸ਼ਮਣ ਦੇ ਛੱਕੇ ਛਡਾ ਦਿੱਤੇ। ਸੋ ਪਿਆਰੇ ਦਰਸ਼ਕੋ, ਅਸੀਂ ਹੁਣ ਗੱਲ ਕਰਾਂਗੇ ਹਰਿਆਣਾ ਦੇ ਪ੍ਰਮੁੱਖ ਸਿੱਖ ਸ਼ਖਸੀਅਤ ਸਰਦਾਰ ਰਣਮੀਤ ਸਿੰਘ ਦੀ, ਜਿਨ੍ਹਾਂ ਨੂੰ ਪਿਛਲੇ ਦਿਨੀ ਸਰਬਸੰਮਤੀ ਦੇ ਨਾਲ ਰੋਵਿੰਗ ਐਸੋਸੀਏਸ਼ਨ ਆਫ ਹਰਿਆਣਾ ਦਾ ਪ੍ਰਧਾਨ ਚੁਣਿਆ ਗਿਆ। ਇਸ ਸੰਬੰਧੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਹਰਿਆਣੇ ਦੀਆਂ ਵੱਖ ਵੱਖ ਸ਼ਖਸੀਅਤਾਂ ਨੇ ਜਿੱਥੇ ਸਰਦਾਰ ਰਣਮੀਤ ਸਿੰਘ ਨੂੰ ਆਪਣੀ ਵਧਾਈ ਦਿੱਤੀ, ਉੱਥੇ ਨਾਲ ਹੀ ਇਸ ਮੌਕੇ 'ਤੇ ਗੱਲਬਾਤ ਕਰਦਿਆਂ ਹੋਇਆਂ ਸਰਦਾਰ ਰਣਮੀਤ ਸਿੰਘ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਰੋਵਿੰਗ ਦੀ ਸਪੋਰਟਸ ਨੂੰ ਹਰਿਆਣੇ ਵਿੱਚ ਹੋਰ ਪ੍ਰਫੁੱਲਿਤ ਕਰਨ ਲਈ ਆਪਣੀ ਪੂਰੀ ਵਾਹ ਲਗਾ ਦੇਣਗੇ। ਸੋ ਆਓ ਦੇਖੀਏ ਕਿਸ ਢੰਗ ਦੇ ਨਾਲ ਸਰਦਾਰ ਰਣਮੀਤ ਸਿੰਘ ਨੇ ਆਪਣੇ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਸਾਡੇ ਰੋਇੰਗ ਐਸੋਸੀਏਸ਼ਨ ਹਰਿਆਣਾ ਦੇ ਪਿਛਲੇ 10 ਸਾਲ ਤੱਕ ਰਹੇ ਸ਼੍ਰੀ ਗਿਆਨ ਚੰਦ ਗੁਪਤਾ ਜੀ, ਜਿਹੜੇ ਮਾਨਯੋਗ ਸਪੀਕਰ ਨੇ ਹਰਿਆਣਾ ਵਿਧਾਨ ਸਭਾ ਦੇ ਅਤੇ ਲੋਕਲ ਪੰਚਕੂਲੇ ਦੇ ਵਿਧਾਇਕ ਵੀ ਨੇ, ਮੈਂ ਉਹਨਾਂ ਨੂੰ ਧੰਨਵਾਦ ਕਹਿੰਦਾ ਹਾਂ। ਉਹਨਾਂ ਦਾ ਬਹੁਤ ਲੰਬਾ ਜੜਾਵ ਜਿਹੜਾ ਆ ਸਪੋਰਟਸ ਦੇ ਨਾਲ ਰਿਹਾ। ਉਹਨਾਂ ਦੀ ਸਪੋਰਟਸ ਡਿਵੈਲਪਮੈਂਟ ਐਸੋਸੀਏਸ਼ਨ ਇੱਕ ਉਹਨਾਂ ਨੇ ਬਣਾਈ ਆ ਆਪਣੀ, ਜਿਹਦੇ 'ਚ ਉਹ ਵੱਖ ਵੱਖ ਖੇਡਾਂ ਨੂੰ ਪ੍ਰੋਤਸਾਹਨ ਦਿੰਦੇ ਆ। ਪਿਛਲੇ 10 ਸਾਲ ਦੇ ਵਿੱਚ ਉਹ ਸਾਡੇ ਨਾਲ ਜੁੜੇ ਰਹੇ, ਹਰਿਆਣਾ ਰੋਇੰਗ ਐਸੋਸੀਏਸ਼ਨ ਨੂੰ ਬੁਲੰਦ ਕੀਤਾ, ਅੱਗੇ ਲੈ ਕੇ ਗਏ। ਕੁਛ ਅਚੀਵਮੈਂਟਸ ਜਿਹੜੀਆਂ ਹਰਿਆਣਾ ਰੋਇੰਗ ਐਸੋਸੀਏਸ਼ਨ ਦੀਆਂ ਹਰਿਆਣੇ ਦੇ ਵਿੱਚ ਜਿਹੜੀ ਰੋਇੰਗ ਹੈ ਉਹਦੀਆਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ। ਬਲਰਾਜ ਪਰਮਾਰ ਮੁੰਡਾ ਪੈਰਿਸ ਓਲੰਪਿਕਸ 2024 ਜਿਹੜੀ ਚੱਲ ਰਹੀ ਹੈ ਉਹ ਕਰਨਾਲ ਤੋਂ ਬਿਲੋਂਗ ਕਰਦਾ, ਹਰਿਆਣੇ ਦਾ ਮੁੰਡਾ। ਇੱਕ ਪਿਛਲੇ ਹੀ ਦਿਨ ਏਸ਼ੀਅਨ ਗੇਮਸ ਦੇ ਵਿੱਚ ਬ੍ਰੌਂਜ਼ ਮੈਡਲਿਸਟ ਆ ਸਾਡਾ ਪਰਮਿੰਦਰ ਹੈ ਮੁੰਡਾ, ਪਰਮਿੰਦਰ ਸਿੰਘ, ਉਹ ਯਮੁਨਾਨਗਰ ਤੋਂ ਹੈ। ਕਿਰਨ ਹੈ ਕੁੜੀ ਸਾਡੀ ਵਰਲਡ ਯੂਨੀਵਰਸਿਟੀ ਗੇਮਸ ਜਿਹੜੀਆਂ ਉਹਦੇ 'ਚ ਫੋਰਥ ਆਈ ਹੈ। ਇੱਕ ਮੁੰਡਾ ਸਾਡੇ ਕੋਲ ਹਰਵਿੰਦਰ ਚੀਮਾ ਹਰਿਆਣੇ ਤੋਂ, ਉਹ ਵਰਲਡ ਯੂਨੀਵਰਸਿਟੀ 2024 ਨਿਊਜ਼ੀਲੈਂਡਸ ਉਹਦੇ 'ਚ ਵੀ ਫੋਰਥ ਆਇਆ। ਪਹਿਲੀ ਵਾਰੀ ਇਹੋ ਜਿਹਾ ਹੋਇਆ ਕਿ ਇੰਡੀਆ ਦੀ ਟੀਮ ਨੇ ਵਰਲਡ ਯੂਨੀਵਰਸਿਟੀ ਚੈਂਪੀਅਨਸ਼ਿਪ ਦੇ ਲਈ ਕੁਆਲੀਫਾਈ ਕੀਤਾ। ਉਹਦੇ 'ਚ ਸਾਡੇ ਦੋ ਬੱਚਿਆਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ, ਜਿਵੇਂ ਮੈਂ ਦੱਸਿਆ ਕਿ ਹਰਵਿੰਦਰ ਚੀਮਾ ਅਤੇ ਕਿਰਨ। ਸੋ ਹਰਿਆਣੇ ਦੀ ਰੋਇੰਗ ਨੂੰ ਆਪਾਂ ਅੱਗੇ ਲੈ ਕੇ ਜਾਣਾ, ਹਰਿਆਣੇ ਦੇ ਵਿੱਚ ਇਸ ਗੇਮ ਨੂੰ ਆਪਾਂ ਅੱਗੇ ਲੈ ਕੇ ਜਾਣਾ, ਜਿਹਦੇ 'ਚ ਅਸੀਂ ਕੋਪਰੇਟਸ ਦੀ ਜਾਂ ਹੋਰ ਜਿਹੜੀਆਂ ਇਹੋ ਜਿਹੀਆਂ ਡਿਵੈਲਪਮੈਂਟ
ਸੁਸਾਇਟੀਜ਼ ਹੈਗੀਆਂ ਨੇ ਸਪੋਰਟਸ ਨੂੰ ਲੈ ਕੇ, ਉਹਨਾਂ ਨੂੰ ਨਾਲ ਜੋੜ ਕੇ ਸਾਡੇ ਕੋਲ ਬੜੇ ਇੱਕ ਵਿਸ਼ਵ ਪ੍ਰਸਿੱਧ ਕੋਚ ਹੈ ਰੋਇੰਗ ਦੇ, ਸਰਦਾਰ ਗੁਰਜਿੰਦਰ ਸਿੰਘ ਚੀਮਾ ਸਾਹਿਬ, ਉਹ ਸਾਡੇ ਨਾਲ ਨੇ। ਔਰ ਮੈਂ ਬਹੁਤ ਲੰਬੇ ਸਮੇਂ ਤੋਂ ਦੇਖ ਰਿਹਾ ਕਿ ਜਿਵੇਂ ਇਹਨਾਂ ਨੇ ਆਪਦੇ ਆਪ ਨੂੰ ਡੈਡੀਕੇਟ ਕੀਤਾ ਹੋਇਆ ਰੋਇੰਗ ਦੇ ਪ੍ਰਤੀ। ਆਪਾਂ ਇਹ ਚਾਹੁੰਦੇ ਹਾਂ ਕਿ ਵੀ ਤੁਸੀਂ ਸਾਰੇ ਨਾਲ ਰਲ ਕੇ ਜੁੜ ਕੇ ਹਰਿਆਣੇ ਦਾ ਨਾਂ ਬੁਲੰਦ ਕਰੀਏ, ਹਿੰਦੁਸਤਾਨ ਦਾ ਪਰਚਮ ਉੱਚਾ ਕਰੀਏ, ਅਤੇ ਹਰਿਆਣੇ ਦੇ ਵਿੱਚੋਂ ਅਸੀਂ ਜਿੰਨੇ ਕੁ ਖਿਲਾੜੀ ਅਗਲੀ ਓਲੰਪਿਕਸ ਲਈ ਤਿਆਰ ਕਰ ਸਕਦੇ ਹਾਂ, ਅਗਲੀ ਨੈਸ਼ਨਲ ਗੇਮਸ ਦੇ ਲਈ, ਵਰਲਡ ਚੈਂਪੀਅਨਸ਼ਿਪਸ ਦੇ ਲਈ, ਏਸ਼ੀਅਨ ਗੇਮਸ ਦੇ ਲਈ, ਕਾਮਨਵੈਲਥ ਲਈ ਤਿਆਰ ਕਰ ਸਕਦੇ ਹਾਂ, ਉਹ ਆਪਾਂ ਪੂਰੀ ਕੋਸ਼ਿਸ਼ ਕਰਾਂਗੇ, ਉਹ ਜਿਹੜਾ ਸਰਕਾਰ ਤੋਂ ਸਹਿਯੋਗ ਮਿਲ ਸਕਦਾ ਆਪਾਂ ਉਹ ਵੀ ਲੈਣ ਦੀ ਕੋਸ਼ਿਸ਼ ਕਰਾਂਗੇ, ਅਤੇ ਜਿਹੜਾ ਆਮ। ਸੋ ਪਿਆਰੇ ਦਰਸ਼ਕੋ, ਅਸੀਂ ਹੁਣ ਰੁੱਖ ਕਰਾਂਗੇ ਦੇਸ਼ ਦੀ ਰਾਜਧਾਨੀ ਦਿੱਲੀ ਵੱਲ। ਦਿੱਲੀ ਦੀ ਸਿਆਸਤ ਵਿੱਚ ਲਗਾਤਾਰ ਉਤਰਾਅ ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ, ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਲਗਾਤਾਰ ਸਰਨਾ ਭਰਾਵਾਂ ਨੂੰ ਆਪਣਾ ਜ਼ੋਰਦਾਰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ, ਉੱਥੇ ਨਾਲ ਹੀ ਦੂਜੇ ਪਾਸੇ ਹੁਣ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਇੱਕ ਵਾਰੀ ਫਿਰ ਸਰਦਾਰ ਕਾਲਕਾ ਨੂੰ ਆਪਣਾ ਜ਼ੋਰਦਾਰ ਨਿਸ਼ਾਨਾ ਬਣਾਇਆ ਹੈ। ਉਹਨਾਂ ਨੇ ਪਿਛਲੇ ਦਿਨ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਜਿੰਨਾ ਨੁਕਸਾਨ ਸਰਦਾਰ ਹਰਵਿੰਦਰ ਸਿੰਘ ਕਾਲਕਾ ਮੌਜੂਦਾ ਪ੍ਰਧਾਨ ਦਿੱਲੀ ਕਮੇਟੀ ਸਿੱਖ ਕੌਮ ਦਾ ਕਰ ਰਿਹਾ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੈ। ਉਹਨਾਂ ਨੇ ਕਿਹਾ ਕਿ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ, ਖਾਸ ਕਰਕੇ ਸਕੂਲਾਂ ਅਤੇ ਕਾਲਜਾਂ ਅਤੇ ਹੋਰ ਸੰਸਥਾਵਾਂ ਦਾ ਜੋ ਬੁਰਾ ਹਾਲ ਇਹਨਾਂ ਨੇ ਕੀਤਾ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਉਹਨਾਂ ਨੇ ਕਾਲਕਾ ਨੂੰ ਨਸੀਹਤ ਦਿੰਦਿਆਂ ਹੋਇਆਂ ਕਿਹਾ ਕਿ ਉਹ ਸਪਸ਼ਟ ਰੂਪ ਦੇ ਵਿੱਚ ਆਪਣੀ ਸਥਿਤੀ ਸਪਸ਼ਟ ਕਰਨ ਅਤੇ ਦੂਜਿਆਂ ਖਿਲਾਫ ਆਪਣੀ ਗੰਦੀ ਬਿਆਨਬਾਜ਼ੀ ਕਰਨ ਤੋਂ ਸੰਕੇਚ ਕਰਨ। ਸੋ ਆਓ ਦੇਖੀਏ ਕਿਸ ਢੰਗ ਦੇ ਨਾਲ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਆਪਣੇ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਦੋ ਤਿੰਨ ਦਿਨ ਪਹਿਲਾਂ ਹਰਮੀਤ ਸਿੰਘ ਕਾਲਕੇ ਦੀ ਸੋਸ਼ਲ ਮੀਡੀਆ 'ਤੇ ਬਾਈਟ ਵਾਇਰਲ ਹੋਈ ਹੈ, ਉਸਨੂੰ ਇਸ ਗੱਲ ਦੀ ਬੜੀ ਤਕਲੀਫ ਪਹੁੰਚੀ ਹੈ ਬਈ ਮੈਂ ਉਧਵ ਠਾਕਰੇ ਦੀ ਹਮਾਇਤ ਦਾ ਕਿਉਂ ਐਲਾਨ ਕੀਤਾ। ਔਰ ਅਸੀਂ ਵੀ ਕਦੀ ਵੀ ਕਿਸੇ ਗੱਲ ਦਾ ਕੋਈ ਬੁਰਾ ਨਾ ਮਨਾਏ, ਜਿੱਥੇ ਮਰਜ਼ੀ ਜਾਏ ਨਾ ਜਾਏ, ਪਰ ਕਿਉਂ ਉਸਨੂੰ ਤਕਲੀਫ ਹੋਈ ਹੈ ਮੈਨੂੰ ਇਸ ਗੱਲ ਦੀ ਸਮਝ ਜਿਹੜੀ ਹੈ ਬਿਲਕੁਲ ਨਹੀਂ ਆਈ। ਹਿੰਦੁਸਤਾਨ ਦੇ ਦੋ ਸ਼ਹਿਰ ਸਨ ਐਸੇ, ਬੰਬਈ ਅਤੇ ਕਲਕੱਤਾ, ਜਿਹਦੇ ਵਿੱਚ 1984 ਦੇ ਫਸਾਦਾਂ ਦੇ ਵਿੱਚ ਕਿਸੇ ਵੀ ਸਿੱਖ ਦਾ ਕੋਈ ਨੁਕਸਾਨ ਜਿਹੜਾ ਉਹ ਨਹੀਂ ਹੋਇਆ। ਬੰਬਈ ਦੇ ਵਿੱਚ ਬਾਲਾ ਸਾਹਿਬ ਠਾਕਰੇ ਨੇ ਖੁੱਲ੍ਹੇ ਤੌਰ 'ਤੇ ਐਲਾਨ ਕੀਤਾ ਹੈ ਬਈ ਮੈਂ ਦੇਖਾਂਗਾ ਵੀ ਕਿਸੇ ਵੀ ਸਿੱਖ ਭਰਾ ਦਾ ਨੁਕਸਾਨ ਜਿਹੜਾ ਬੰਬਈ ਵਿੱਚ ਨਾ ਹੋਵੇ। ਭਾਵੇਂ ਮੇਰੇ ਸਿਆਸੀ ਵਿਚਾਰ ਉਸ ਵਕਤ ਤੱਕ ਨਹੀਂ ਸਨ ਮਿਲਦੇ, ਪਰ ਉਸਦੇ ਇਸ ਬਿਆਨ ਨਾਲ ਮੇਰੇ ਮਨ ਦੇ ਵਿੱਚ ਅੱਜ ਤੋਂ ਤੁਸੀਂ ਸਮਝ ਲਓ ਵੀ 41 ਸਾਲ ਪਹਿਲਾਂ ਮੇਰੇ ਮਨ ਦੇ ਵਿੱਚ ਬਾਲਾ ਸਾਹਿਬ ਦੀ ਮਾਣ ਸਤਿਕਾਰ ਇੱਜ਼ਤ ਬਹੁਤ ਵੱਧ ਗਈ। ਮੈਂ ਆਪਣੇ ਵਿਚਾਰ ਦੇ ਉੱਤੇ ਮੈਂ ਹਰਮੀਤ ਸਿੰਘ ਨੂੰ ਪੁੱਛਣਾ ਚਾਹੁੰਦਾ, ਹਰਮੀਤ ਸਿੰਘ ਜਿਹੜੀਆਂ ਤੇਰੀਆਂ ਡਿਊਟੀਆਂ ਲੱਗੀਆਂ ਹੋਈਆਂ ਹਨ ਕੀ ਉਹ ਤੂੰ ਪੂਰੀਆਂ ਕਰ ਰਿਹਾ? ਅੱਜ ਦਿੱਲੀ ਦੇ ਸਿੱਖਾਂ ਦਾ ਅਹਿਮ ਮਸਲਾ ਜਿਹੜਾ ਹੈਗਾ ਹੈ ਉਹ ਇਹ ਚੋਣਾਂ ਨਹੀਂ ਹੈਗੀਆਂ ਸਟੇਟਾਂ ਦੀਆਂ, ਉਹਨਾਂ ਦਾ ਮਸਲਾ ਹੈਗਾ ਵੀ ਕੀ ਗੁਰਦੁਆਰੇ ਠੀਕ ਚੱਲ ਰਹੇ, ਕੀ ਧਰਮ ਪ੍ਰਚਾਰ ਠੀਕ ਹੋ ਰਿਹਾ। ਪਿਛਲੇ 10-15 ਸਾਲ ਤੋਂ ਇੱਕ ਵੀ 10
ਅੰਮ੍ਰਿਤ ਸੰਚਾਰ ਦੀ ਮੁਹਿੰਮ ਕੋਈ ਤੁਸੀਂ ਚਲਾਈ, ਦਿੱਲੀ ਦੇ ਪ੍ਰਾਣੀਆਂ ਨੇ ਕੋਈ ਅੰਮ੍ਰਿਤਪਾਨ ਕਰਵਾਇਆ ਕਿਸੇ ਨੂੰ ਨਹੀਂ ਕਰਵਾਇਆ। ਸੋ ਪਿਆਰੇ ਦਰਸ਼ਕੋ, ਅਸੀਂ ਹੁਣ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਜਿਸ ਢੰਗ ਦੇ ਨਾਲ ਆਪਣਾ ਪੱਖ ਰੱਖਿਆ ਗਿਆ ਹੈ ਉਸ ਸੰਬੰਧੀ, ਇਸੇ ਮੁੱਦੇ ਨੂੰ ਲੈ ਕੇ ਪਿਛਲੇ ਦਿਨ ਹੀ ਸਿੰਘ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਹੁਣ ਮਾਮਲਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੋਲੋਂ ਪਹੁੰਚ ਚੁੱਕਾ ਹੈ। ਇਸ ਲਈ ਸਾਨੂੰ ਪੂਰਨ ਆਸ ਹੈ ਕਿ ਮੌਜੂਦਾ ਸਮੇਂ ਦੇ ਜਥੇਦਾਰ ਸਾਹਿਬ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਇੱਕ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹੋਏ ਅਤੇ ਮੀਰੀ ਪੀਰੀ ਦੇ ਸਿਧਾਂਤ 'ਤੇ ਪਹਿਰਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਲਈ ਕੋਈ ਉਚਿਤ ਫੈਸਲਾ ਲੈਣਗੇ। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਆਸ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਆਦੇਸ਼ ਜਾਂ ਹੁਕਮ ਆਵੇਗਾ ਉਹ ਸਮੁੱਚੀ ਸਿੱਖ ਕੌਮ ਲਈ ਲਾਹੇਵੰਦ ਸਾਬਤ ਹੋਏਗਾ। ਸੋ ਆਓ ਦੇਖੀਏ ਕਿਸ ਢੰਗ ਦੇ ਨਾਲ ਗਿਆਨੀ ਜਸਬੀਰ ਸਿੰਘ ਰੋਡੇ ਨੇ ਆਪਣੇ ਸ਼ਬਦਾਂ ਦਾ ਪ੍ਰਗਟਾਵਾ ਕੀਤਾ। ਕਿਉਂਕਿ ਉਹਨਾਂ ਨੂੰ ਸ਼ੋਕਰ ਚਾਹੀਦਾ ਹੈ ਜੇ ਪਿਛਲੇ ਜਥੇਦਾਰਾਂ ਨੇ ਕੋਈ ਨਹੀਂ ਉਹ ਕੀਤਾ ਤੇ ਉਹ ਕੀਤੇ ਹੋਏ ਫੈਸਲੇ ਵਾਪਸ ਵੀ ਲੈਣੇ ਪਏ, ਬਦਲਣੇ ਪਏ ਤੇ ਲੋਕਾਂ ਦੇ ਵਿੱਚੋਂ ਵੀ ਆਪਣਾ ਆਧਾਰ ਖਰਾਬ ਕਰਕੇ ਉਹ ਕਲੰਕਰ ਕਰਦੇ ਚਲੇ ਗਏ, ਉਹ ਸਭ ਤੋਂ ਇਹਨਾਂ ਨੂੰ ਚਾਹੀਦਾ ਹੈ। ਦੂਜੀ ਗੱਲ, ਜਿਸ ਢੰਗ ਦੇ ਨਾਲ ਸਰਦਾਰ ਸੁਖਬੀਰ ਸਿੰਘ ਤਖ਼ਤ ਤੇ ਗਏ ਉਹਨਾਂ ਨੇ ਉਹਨਾਂ ਵਿੱਚੋਂ ਠੀਕ ਹੈ ਗਏ ਨਹੀਂ ਉਹਨੂੰ ਸ਼ਰਤ ਲਿਖਾ ਹੋਵੇ ਉਹਨਾਂ ਨੂੰ ਸੱਦਿਆ ਗਿਆ, ਆਪਣੇ ਆਪ ਨਹੀਂ ਗਏ ਉਹਨਾਂ ਨੂੰ ਸੱਦਿਆ ਗਿਆ, ਉਹ ਗਏ ਪਰ ਉਹ ਨਿਹੇਕੜ ਨਹੀਂ ਗਏ। ਉਹਨਾਂ ਦਾ ਕੋਈ ਅਰਥ ਨਹੀਂ ਸੀ ਬਣਦਾ ਕਿ ਜਿਸ ਦਿਨ ਅਕਾਲ ਤਖ਼ਤ ਦੇ ਬਰਾਬਰ ਬੈਠਦੇ ਹੋ, ਉਹ ਤਾਂ ਜਿਵੇਂ ਇੱਕ ਅਦਾਲਤ ਦੇ ਵਿੱਚ ਮੁਲਜ਼ਮ ਪੇਸ਼ ਹੁੰਦਾ ਹੈ ਪੇਸ਼ ਹੁੰਦੇ ਕੋਈ ਮੁਲਜ਼ਮ ਜਾ ਕੇ ਜੱਜ ਦੇ ਬਰਾਬਰ ਬਹਿ ਜੂਗਾ, ਮੈਂ ਸਾਬਕਾ ਜਥੇਦਾਰ ਮੈਂ ਤਾਂ ਇੱਕ ਅਪੀਲ ਲੈ ਕੇ ਗਿਆ ਸੀ, ਯਾਦ ਪੱਤਰ ਲੈ ਕੇ ਗਿਆ ਸੀ, ਮੈਂ ਵੀ ਉਹਨਾਂ ਬਰਾਬਰ ਨਹੀਂ ਬੈਠਾ, ਉਹਦਾ ਕੋਈ ਅਧਿਕਾਰ ਨਹੀਂ ਸੀ ਕਿ ਉਹ ਬਰਾਬਰ ਬਹਿੰਦਾ। ਇਹਦਾ ਮਤਲਬ ਹਾਲੇ ਉਹਦੇ ਵਿੱਚ ਇਹ ਘੜਾ ਹੈ ਕਿ ਇਹ ਭਾਈ ਰਘਵੀਰ ਸਿੰਘ ਸਾਹਿਬ ਉਹ ਹੀ ਹੈ ਜਿਹਨੂੰ ਮੈਂ ਨਹੀਂ ਕੀਤਾ, ਜਿੰਨੀ ਦੇਰ ਤੱਕ ਇਹ ਭਾਵਨਾ ਨਿਕਲਦੀ ਨਾ ਉਨੀ ਦੇਰ ਤੱਕ ਇਨਸਾਫ ਸੁਖਬੀਰ ਸਿੰਘ ਨੂੰ ਲੱਗਦਾ ਕਿ ਮੈਂ ਆਏ ਮੈਂ ਬਰੀ ਹੋ ਜੂੰਗਾ ਅਤੇ ਆਏ ਮੈਨੂੰ ਮਾਫ਼ ਕਰ ਦੇਣਗੇ, ਨਹੀਂ ਇਹ ਤਾਂ ਦੋਨੇ ਹੱਥ ਜੋੜ ਕੇ ਇਹ ਉਹਨਾਂ ਨੂੰ ਪੱਤਰ ਦਿੰਦਾ ਕਿ ਸਿੰਘ ਸਾਹਿਬ ਜੀ ਆਹ ਮੇਰੀ ਗਲਤੀ ਹੈ ਇਹਦੇ 'ਤੇ ਜੋ ਫੈਸਲਾ ਕਰੋਗੇ ਬਿਲਕੁਲ ਹੋਊਗਾ। ਸਾਨੂੰ ਆਸ ਹੈ, ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਬੜੀ ਸ਼ਕਤੀ ਹੈ, ਉਹਦੀ ਬੜੀ ਪਾਵਰ ਹੈ, ਗੱਲ ਕਿ ਵਿਅਕਤੀਆਂ ਦੀ ਨਹੀਂ ਗੱਲ ਮੀਰੀ ਪੀਰੀ ਦੇ ਸਿਧਾਂਤ ਦੀ ਸ਼ਕਤੀ ਦੀ ਹੈ ਬਿਲਕੁਲ। ਸੋ ਪਿਆਰੇ ਦਰਸ਼ਕੋ, ਇਹ ਸਨ ਹੁਣ ਤੱਕ ਦੀਆਂ ਪ੍ਰਮੁੱਖ ਪੰਥਕ ਸਰਗਰਮੀਆਂ। ਨਵੀਆਂ ਪੰਥਕ ਸਰਗਰਮੀਆਂ ਲੈ ਕੇ ਜਲਦ ਹੀ ਤੁਹਾਡੀ ਸੇਵਾ ਵਿੱਚ ਮੁੜ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।